ਦੋਸਤੋ, ਜ਼ਿੰਦਗੀ ਜੀਣ ਦੇ ਦੋ ਹੀ ਰਸਤੇ ਨੇ, ਅੱਛਾਈ ਦਾ ਅਤੇ ਬੁਰਾਈ ਦਾ। ਫੈਸਲਾ ਹਮੇਸ਼ਾ ਸਾਡਾ ਹੁੰਦਾ ਹੈ, ਅਸੀਂ ਕਿਸ ਰਸਤੇ 'ਤੇ ਤੁਰਨਾ ਹੈ। ਅੱਜ ਤੁਹਾਡੇ ਨਾਲ ਇੱਕ ਡਾਕਟਰ ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਸਾਂਝੀ ਕਰਨ ਲੱਗੇ ਹਾਂ, ਜੋ ਕਿ ਇਸੇ ਵਿਸ਼ੇ ਉੱਤੇ ਹੈ। ਰੁੱਖ ਨੂੰ ਜਦ ਅੱਗ ਲੱਗੀ, ਕੁੱਲ ਪਰਿੰਦੇ ਉੱਡ ਗਏ, ਉੱਡਣਾ ਹੀ ਸੀ। ਇੱਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ, ਉਸਦੇ ਮਨ ਵਿੱਚ ਸੋਚ ਆਈ, ਰੁੱਖ ਕੀ ਸੋਚੂ ਵਿਚਾਰਾ। ਉਸਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ ਉੱਡਦਿਆਂ ਪੰਖੀਰੋਆਂ ਨੂੰ ਤੱਕਦੀਆਂ। ਕੋਲ ਇੱਕ ਤਲਾਬ ਸੀ, ਉਸਦੇ ਜਲ 'ਚੋਂ ਭਰ ਕੇ ਚੁੰਝਾਂ ਉਹ ਚਿੜੀ ਬਲ ਰਹੇ ਰੁੱਖ ਉੱਤੇ ਤਰੌਂਕਣ ਲੱਗ ਪਈ। ਕੋਲੋਂ ਦੀ ਕੋਈ ਮੁਸਾਫਰ ਲੰਘਿਆ, ਦੇਖ ਕੇ ਦ੍ਰਿਸ਼ ਡਰ ਗਿਆ, ਸੜ ਹੀ ਨਾ ਜਾਏ ਕਿਤੇ ਝੱਲੀ ਚਿੜੀ। ਕਹਿਣ ਲੱਗਾ, ਭੋਲੀਏ ਚਿੜੀਏ, ਤੂੰ ਸੋਚ, ਤੇਰੀਆਂ ਚੁੰਝੂੜੀਆਂ ਦੇ ਨਾਲ ਕੀ ਅੱਗ ਬਲਦੇ ਬਿਰਖ ਦੀ ਬੁਝ ਜਾਏਗੀ। ਜਾਣਦੀ ਹਾਂ ਇਹ ਮੁਸਾਫਿਰ, ਕਹਿਣ ਲੱਗੀ ਉਹ ਚਿੜੀ, ਮੇਰੀਆਂ ਚੁੰਝੂੜੀਆਂ ਦੇ ਨਾਲ ਤਾਂ ਅੱਗ ਬਲਦੇ ਬਿਰਖ ਦੀ ਬੁਝਣੀ ਨਹੀਂ, ਫਿਰ ਵੀ ਪਰ ਸੋਚਦੀ ਹਾਂ, ਜਦੋਂ ਜੰਗਲ ਦਾ ਕਦੀ ਇਤਿਹਾਸ ਲਿਖਿਆ ਜਾਏਗਾ, ਨਾਮ ਮੇਰਾ ਅੱਗ ਬੁਝਾਵਣ ਵਾਲਿਆਂ ਵਿੱਚ ਆਏਗਾ। ਅਤੇ ਇਹਨਾਂ ਰੁੱਖਾਂ ਦੇ ਵਾਰਸ ਕਹਿਣਗੇ, ਸਾਨੂੰ ਜਦ ਲੱਗਦੀ ਹੈ ਅੱਗ, ਸਭ ਪਰਿੰਦੇ ਤ੍ਰਭ ਕੇ ਉੱਡਦੇ ਹੀ ਨੇ, ਪਰ ਕਈ ਮੁੜਦੇ ਵੀ ਨੇ। ਗੱਲ ਸੁਣ ਕੇ ਚਿੜੀ ਦੀ ਰਾਹਗੀਰ ਵੀ ਲੱਗ ਪਿਆ ਉਸ ਰੁੱਖ ਉੱਤੇ ਪਾਣੀ ਝੱਟਣ। ਹੋਰ ਅਤੇ ਇੱਕ ਹੋਰ ਅਤੇ ਇੱਕ ਹੋਰ ਰਾਹੀ ਆ ਗਿਆ, ਅਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ ਚੁੰਝਾਂ ਦੇ ਵਿੱਚ ਨੀਰ ਭਰ ਕੇ। ਆਖਦੇ ਨੇ ਬੁੱਝ ਗਈ ਸੀ ਅੱਗ ਬਲਦੇ ਬਿਰਖ ਦੀ, ਅਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲਸੇ ਤਣੇ ਵਿੱਚੋਂ ਫੁੱਟ ਆਏ ਸੀ ਹਰੇ ਪੱਤੇ ਮਹੀਨ, ਜਿਸ ਤਰ੍ਹਾਂ ਕਿ ਹਰੇ ਅੱਖਰ ਹੋਣ ਕਾਲੇ ਸਫ਼ੇ 'ਤੇ। ਰੁੱਖ ਉਹ ਇੱਕ ਆਸ ਅਤੇ ਧਰਵਾਸ ਦੀ, ਸ਼ੁਕਰਾਨੇ ਅਤੇ ਵਿਸ਼ਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ। ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ ਅਤੇ ਕਿਹਾ ਸੀ, ਇਹ ਕਦੇ ਨਾ ਸਮਝੀ ਕਿ ਲਿੱਸਾ ਹੈ ਤੂੰ, ਇਹ ਕਦੀ ਨਾ ਸੋਚੀ ਕਿ ਕੱਲਾ ਹੈ ਤੂੰ। ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ, ਪਰ ਮੁੜ ਪਵੀਂ ਚੁੰਝ ਦੇ ਵਿੱਚ ਨੀਰ ਭਰ ਕੇ, ਉਸ ਚਿੜੀ ਨੂੰ ਯਾਦ ਕਰਕੇ। ਸ਼ੁਕਰੀਆ ਦੋਸਤੋ।